ਮੀਂਹ ਦਾ ਪਾਣੀ ਇਸ ਕਦਰ ਘਰਾਂ ਦੇ ਵਿੱਚ ਵੜ ਚੁੱਕਿਆ ਕਿ ਹੁਣ ਚੁੱਲ੍ਹਾ ਵੀ ਬਾਹਰ ਮੇਜ਼ ਦੇ ਉੱਤੇ ਰੱਖ ਕੇ ਉੱਥੇ ਰੋਟੀ ਪਕਾਉਣੀ ਪੈ ਰਹੀ ਹੈ। ਦੂਰ ਦੂਰ ਤੱਕ ਜਿੱਥੇ ਦੇਖੋ ਪਾਣੀ ਹੀ ਪਾਣੀ ਹੈ, ਅਤੇ ਐਸੇ 'ਚ ਇਹਨਾਂ ਲੋਕਾਂ ਦੀ ਜ਼ਿੰਦਗੀ ਹਾਲੋਂ ਬੇਹਾਲ ਹੋ ਚੁੱਕੀ ਹੈ, ਕਿਉਂਕਿ ਘਰਾਂ ਦੇ ਵਿੱਚ ਅਸੀਂ ਸਾਰਾ ਸਮਾਨ ਆਪਣਾ ਰੱਖਿਆ ਹੁੰਦਾ, ਅਤੇ ਐਸੀ ਹਾਲਤ ਦੇ ਵਿੱਚ ਇੱਥੇ ਜਿੱਧਰ ਦੇਖੋ ਪਾਣੀ ਹੀ ਪਾਣੀ ਭਰਿਆ ਹੋਇਆ, ਕਿਉਂਕਿ ਬਾਰਿਸ਼ ਆਈ। ਬਾਰਿਸ਼ ਤੋਂ ਬਾਅਦ ਇਹ ਬਿਹਾਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਹੜ੍ਹਾਂ ਦੇ ਕਾਰਨ ਹੁਣ ਬਾਗਮਤੀ ਨਦੀ ਜਦੋਂ ਉਫਾਨ 'ਤੇ ਹੈ ਤਾਂ ਜੋ ਆਸ ਪਾਸ ਦੇ ਇਲਾਕੇ ਨੇ ਉੱਥੇ ਸੈਂਕੜੇ ਘਰ ਨੇ ਜਿਨ੍ਹਾਂ ਦੀਆਂ ਤਸਵੀਰਾਂ ਇਸੇ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ। ਇਹ ਤਸਵੀਰਾਂ ਤਾਂ ਨਾਲ ਸਾਹਮਣੇ ਆਈਆਂ ਹੀ, ਜਦੋਂ ਜਾ ਕੇ ਗੱਲ ਕੀਤੀ ਇਹਨਾਂ ਲੋਕਾਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਮਦਦ ਦੇ ਦਾਅਵੇ ਤਾਂ ਬਹੁਤ ਨੇ ਪਰ ਮਦਦ ਕਰਨ ਦੇ ਲਈ ਆਇਆ ਕੋਈ ਨਹੀਂ। ਐਸੇ 'ਚ ਉੱਥੇ ਭਾਵੇਂ ਬੱਚੇ ਮੌਜੂਦ ਹੋਣ ਜਾਂ ਫਿਰ ਔਰਤਾਂ, ਸਭ ਤੋਂ ਬੜੀ ਸਮੱਸਿਆ ਤਾਂ ਇਹੀ ਹੈ ਕਿ ਆਖਿਰਕਾਰ ਪਾਣੀ ਦੇ ਵਿੱਚ ਨਾਲ ਹੋਰ ਬਹੁਤ ਕੁਝ ਆ ਸਕਦਾ। ਕਈ ਐਸੇ ਜੀਵ ਨੇ ਜਿਨ੍ਹਾਂ ਦੇ ਵਿੱਚ ਸੱਪ ਤੱਕ ਸ਼ਾਮਿਲ ਨੇ ਜੋ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਦਿਨ ਤਾਂ ਫਿਰ ਵੀ ਸੌਖਾ ਕੱਟਿਆ ਜਾ ਸਕਦਾ ਪਰ ਰਾਤ ਕੱਟਣੀ ਸਭ ਤੋਂ ਜ਼ਿਆਦਾ ਔਖੀ ਹੈ, ਕਿਉਂਕਿ ਐਸੇ ਦੇ ਵਿੱਚ ਇੱਕ ਤਾਂ ਪਾਣੀ, ਦੂਸਰੇ ਪਾਸੇ ਇਹਨਾਂ ਜੀਵ ਜੰਤੂਆਂ ਦਾ ਖਤਰਾ, ਅਤੇ ਤੀਸਰਾ ਖਾਣੇ ਦੀ ਕਿੱਲਤ ਵੀ ਹੁਣ ਸਤਾਉਣ ਲੱਗੀ ਹੈ। ਜੇਕਰ ਕਿਸੇ ਨੇ ਪਿੰਡੋਂ ਬਾਹਰ ਵੀ ਜਾਣਾ ਜਾਂ ਫਿਰ ਹੋਰ ਆਪਣੇ ਕੰਮ 'ਤੇ ਜਾਣਾ ਹੈ ਤਾਂ ਫਿਰ ਗੋਡੇ ਗੋਡੇ ਪਾਣੀ ਹੈ ਜਿਸ ਦੇ ਵਿੱਚੋਂ ਗੁਜ਼ਰ ਕੇ ਜਾਣਾ ਪੈ ਰਿਹਾ। ਬਾਈਕ ਸਵਾਰ ਦੀ ਵੀਡੀਓ ਦੱਸਣ ਦੇ ਲਈ ਕਾਫੀ ਹੈ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਪ੍ਰਭਾਵਿਤ ਹੈ, ਕਿਉਂਕਿ ਖੁਦ ਬਾਈਕ ਦੇ ਉੱਤੇ ਬੈਠ ਕੇ ਉਸ ਨੂੰ ਰੋੜ ਕੇ ਵਿਅਕਤੀ ਅੱਗੇ ਆ ਰਿਹਾ ਕਿ ਤਾਂ ਕਿ ਬਿਨਾਂ ਭੇਜੇ ਅੱਗੇ ਤੱਕ ਪਹੁੰਚ ਸਕੇ ਘਰ ਦੇ ਤੱਕ। ਉੱਥੇ ਦੂਸਰੇ ਪਾਸੇ ਸਕੂਲ ਦੀਆਂ ਤਸਵੀਰਾਂ ਦੇਖੀਏ ਤਾਂ ਸਕੂਲ ਦੇ ਵਿੱਚ ਵੀ ਪਾਣੀ ਇੰਨਾ ਭਰ ਚੁੱਕਿਆ ਹੈ ਕਿ ਬੱਚੇ ਵਾਪਸ ਜਾ ਰਹੇ ਨੇ ਆਪਣੇ ਘਰ ਨੂੰ, ਪਰ ਘਰ ਕਿੱਥੇ ਜਾਣ, ਘਰ ਦੇ ਵਿੱਚ ਵੀ ਪਾਣੀ ਭਰਿਆ ਹੋਇਆ। ਐਸੇ 'ਚ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚੇ ਅਤੇ ਇਹਨਾਂ ਲੋਕਾਂ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਤਾਂ ਆਪ ਸਭੀ ਲੋਕ ਦੇਖ ਪਾ ਰਹੇ ਹੈ ਵਿਦਿਆਲਿਆ ਮੇਂ ਜੋ ਬਾਗਮਤੀ ਨਦੀ ਕਾ ਜੋ ਪਾਣੀ ਹੈ, वो नदी जब उफान पर होती है तो विद्यालय में जो है जलभराव की समस्या हो जाती है। हालांकि हम लोग ससमय विद्यालय में उपस्थित हो गए थे, बच्चे भी ससमय विद्यालय में उपस्थित थे, लेकिन यहाँ करीब घुटने तक पानी है और प्रशासन को इस वाकये की जानकारी दे करके हम लोगों ने विद्यालय बच्चों को जो है छुट्टी दे दिया है और आगे हम लोग प्रशासन का जिस तरह से दिशा निर्देश आता है उसके अनुसार हम लोग आगे की जो है प्रक्रिया को जारी रख। बच्चा सब भूखे रह रहा है, आप तो सब देखिए रहे, तो हम क्या बताएं? कितना पानी लगा हुआ है घर में? भर भर कमर पानी है, चूल्हा डूबा हुआ है, पानी में चौकी रख के खाना बना रहे हैं। कीड़ा मकोड़ा का भी डर लग रहा है, सब चीज का डर है, सांप उप का डर लगता है, मगर क्या करें। कोई जनप्रतिनिधि आया? नहीं आया। अभी जैसे कि बागमती के जलस्तर में वृद्धि की सूचना मिली थी हम लोगों को, तो आज जिला प्रशासन की तरफ से हम लोग को सतत निगरानी रखने के लिए निर्देश दिया गया था, तो निर्देश के आलोक में ही हम लोग तीन पंचायत का निरीक्षण किए हैं जो कि निचले हिस्से में आता है, बसघट्टा, बर्री और तहवारा। तीनों पंचायत में मैं और राजस्व कर्मचारी, जनप्रतिनिधि सब लोग स्थल निरीक्षण किए, जहां जहां भी लोग प्रभावित थे बाढ़ से, जिनके चाहे उनके घरों में पानी घुसने की सिचुएशन हो या फिर किसी को आपदा में मदद करने की स्थिति हो, वो सारे सिचुएशन का हम लोग जायजा लिए हैं। अभी जहां जहां मदद पहुंचाने की जरूरत होगी वो